ਖੇਚਲ ਇੰਨੀ ਕੀਤੀ ਨੇ ਯਕੀਨ ਮੰਨ ਲਿਓ ਸਮਾਨ ਨਾਲ ਡਬਲ ਜੇ ਇਹਨਾਂ ਪਿਆਰਾਂ ਨੇ ਤੂੰ ਕੀਤੀ ਹਕੀਕਤ ਵਿੱਚ ਤੇ ਮਾਸ਼ਾਅੱਲਾ ਅਮਰੂਦ ਮੈਨੂੰ ਬਹੁਤ ਪਿਆਰੇ ਲੱਗੇ ਨੇਗੇ ਨਾਲ ਅਮਰੂਦਾਂ ਦਾ ਇੰਨਾ ਪਿਆਰਾ ਪੌਦਾ ਲੱਗਿਆ ਹੋਇਆ ਟਿਊਬਵੈੱਲਾਂ ਨੇ ਖਲ ਜਾਣ ਰਹਿਣ ਥਾਪੀਆਂ ਜਮ੍ਹਾਂ ਕਰਕੇ ਰੱਖੀਆਂ ਹੋਈਆਂ ਸੀਗੀਆਂ ਸਰਦੀਆਂ ਵਾਸਤੇ ਬਾਲਣ ਦੇਖੋ ਸਾਰੀਆਂ ਬਾਕੀ ਗਾਡਰ ਜੇ ਲੋਡ ਕਰਾਵਣ ਲੱਗੇ ਹਾਂਗੇ ਬਾਕੀ ਟੀਅਰ ਗਾਡਰ ਜੇ ਲੋਡ ਕਰਾਤੇ ਰਿਕਸ਼ੇ 'ਤੇ ਹੁਣ ਫਿਰ ਜਾਵਣ ਲੱਗੇ ਹਾਂਗੇ ਵੀ ਆ ਜਾਣਗੇ ਭਾਈ ਹੋਰਾਂ ਨੰਬਰ ਵਗੈਰਾ ਜਾਂ ਬਾਕੀ ਇੱਥੇ ਨਾ ਵਾਪਸ ਜਾ ਰਹੇ ਸੀਗੇ ਅਤੇ ਮੈਨੂੰ ਨਜ਼ਰ ਆਈ ਹੈ ਕਿ ਅੰਕਲ ਹੋਰੀ ਨਾ ਹਲਦੀ ਲੈ ਕੇ ਖੜ੍ਹੇ ਸੀਗੇ ਅਤੇ ਮਾਸ਼ਾਅੱਲਾ ਜੀ ਦਰਿਆ ਰਾਵੀ ਦੀ ਹਰਿਆਲੀ ਚੈੱਕ ਕਰੋ ਕਿੰਨੀ ਪਿਆਰੀ ਹੈਗੀ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਕੀ ਹਾਲ ਚਾਲ ਨੇ ਸਾਡੇ ਦੇਖਣ ਵਾਲੇ ਤਮਾਮ ਭੈਣ ਭਾਈਆਂ ਦਾ ਮੈਂ ਉਮੀਦ ਕਰਨਾ ਕਿ ਸਾਡੇ ਦੇਖਣ ਵਾਲੇ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ ਅਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ ਸੁਬਹ ਉੱਠਦੇ ਹਾਂ ਲਾ ਜੀ ਪਹਿਲੇ ਅੱਬੂ ਜਾਨ ਦੀ ਦੁਕਾਨ ਜਿਹੜੀ ਇਹਦੀ ਸੈਟਿੰਗ ਕੀਤੀ ਹੈਗੀ ਅੱਛੀ ਤਰ੍ਹਾਂ ਜਿਹੜੀ ਚੀਜ਼ਾਂ ਜੋੜ ਲਈਆਂ ਨੇਗੀਆਂ ਬਾਕੀ ਚੀਜ਼ਾਂ ਕਾਫੀ ਖਤਮ ਹੋਈਆਂ ਅੱਬੂ ਜਾਨ ਸਬਜ਼ੀਆਂ ਮੰਗਵਾਈਆਂ ਨੇ ਹੋਰ ਹਾਂ ਆਲੂ ਵਗੈਰਾ ਖਤਮ ਹੋਏ ਪਏ ਮਿਰਚਾਂ ਵੀ ਘੱਟ ਪਈਆਂ ਨੇਗੀਆਂ ਬਾਕੀ ਫਰੂਟਰ ਵਗੈਰਾ ਜਿਹੜੇ ਨੇ ਉਹ ਵੀ ਖਤਮ ਹੋਏ ਫਰੂਟਰ ਨਹੀਂ ਕਿੰਨੂ ਵੀ ਪਏ ਨੇ ਸਾਡੇ ਕੋਲ ਫਰੂਟਰ ਜਿਹੜੇ ਨੇ ਉਹ ਕੋਈ ਨਹੀਂ ਅਸੀਂ ਮੰਗਵਾਉਂਦੇ ਹਾਂ ਉਹ ਸਾਹਮਣੇ ਅੰਕਲ ਰਿਕਸ਼ੇ ਵਾਲੇ ਆਏ ਖੜ੍ਹੇ ਨੇਗੇ ਆ ਜਾਂਦੇ ਨੇ ਸਮਾਨ ਵਗੈਰਾ ਲਵਾ ਕੇ ਉਸ ਤੋਂ ਬਾਅਦ ਮੈਂ ਜਾਣਾ ਹੈਗਾ ਖਾਲਾ ਜਾਣ ਉਹਨਾਂ ਲਈ ਕਿਉਂਕਿ ਘਰ 'ਚੋਂ ਗੰਦਮ ਖਤਮ ਹੋਈ ਹੋਈ ਹੈਗੀ ਅਤੇ ਮਾਣੇ ਗੰਦਮ ਉਹਨਾਂ ਕੋਲ ਲੈਣ ਨੇ ਫਿਰ ਇਨਸ਼ਾਅੱਲਾ ਤਾਲਾ ਨਾ ਤਕਰੀਬਨ 27-28 ਤਰੀਕ ਨੂੰ ਉਹਨਾਂ ਨੂੰ ਲੈ ਕੇ ਵਾਪਸ ਦੇ ਆਵਾਂਗੇ ਜੇ ਮਾਣੇ ਜਿਹੜੇ ਲੈ ਆਉਣਾ ਉਹਨਾਂ ਨੂੰ ਵਾਪਸ ਦੇ ਆਵਾਂਗੇ ਕਿਉਂਕਿ ਉਹਨਾਂ ਕੋਲ ਵੀ ਨਾ ਗੰਦਮ ਹੁਣ ਘੱਟ ਸੀਗੀ ਅਤੇ ਉਹਨਾਂ ਨੂੰ ਮੈਂ ਗੱਲ ਕੀਤੀ ਮੈਂ ਕਿ ਤੁਹਾਨੂੰ ਨਾ ਅਸੀਂ ਵਾਪਸ ਦੇ ਜਾਵਾਂਗੇ ਪੈਸੇ ਉਹਦੇ ਲੈ ਲਿਆ ਤੁਸੀਂ ਆਪ ਹੀ ਲੈ ਲਿਆ ਇੱਦਾਂ ਨੇ ਅਤੇ ਸੁਬਹਾ ਸੁਬਹਾ ਉਹ ਬਾਈ ਹੋਰੀ ਅੱਜ ਫਿਰ ਆਲੀ ਸਿੱਟਦੇ ਫਿਰਦੇ ਨੇਗੇ ਸਾਹਮਣੇ ਜ਼ਮੀਨ ਦੇ ਵਿੱਚ ਅਤੇ ਰਾਤ ਨੂੰ ਜਿਹੜੀ ਮੈਂ ਉੱਥੇ ਗੱਡੀਆਂ ਸੀ ਨੇ ਚੀਜ਼ਾਂ ਥੱਲੇ ਇੱਕ ਦੋ ਕਮੈਂਟ ਆਏ ਹੋਏ ਸੀਗੇ ਪਤਾ ਨਹੀਂ ਮੇਰੀ ਕਿਸੇ ਆਂਟੀ ਨੇ ਕੀਤਾ ਸੀ ਜਾਂ ਕਿਸੇ ਬਾਈ ਨੇ ਕੀਤਾ ਸੀਗਾ ਲੇਕਿਨ ਉਹ ਕਹਿ ਰਹੇ ਸੀਗੇ ਅਸਲ ਨੇ ਤੁਹਾਡੇ ਵਾਸਤੇ ਕੰਮ ਨਹੀਂ ਹੈਗਾ ਖੇਤੀਬਾੜੀ ਕਰਨਾ ਨਾ ਤੈਨੂੰ ਠੀਕ ਤਰ੍ਹਾਂ ਆਈਡੀਆ ਨਹੀਂ ਹੈਗਾ ਤੂੰ ਪਾਣੀ ਵੀ ਠੀਕ ਤਰ੍ਹਾਂ ਨਹੀਂ ਲਾਇਆ ਬੀਜ ਵੀ ਠੀਕ ਤਰ੍ਹਾਂ ਨਹੀਂ ਲਾਏ ਨੇ ਲੇਕਿਨ ਜਿਹੜੀ ਹੁੰਦੀ ਨਾ ਪਾਲਕ ਇਸੇ ਤਰ੍ਹਾਂ ਸਿੱਟੀ ਜਾਂਦੀ ਜਿਸ ਤਰ੍ਹਾਂ ਮੈਂ ਮਟਰ ਲਾਏ ਨੇ ਨਾ ਇਸ ਤਰ੍ਹਾਂ ਚੀਜ਼ਾਂ ਲਾਈ ਦੀਆਂ ਜਿਹੜੇ ਮੋਟੇ ਬੀਜ ਹੋਣ ਵੱਡੇ ਵੱਡੇ ਬੀਜ ਹੋਣ ਨਾ ਉਹ ਲਾਈ ਦੇਣੇ ਜਾਂ ਦਨੀਆ ਬੰਦਾ ਇਕੱਠਾ ਕਰਕੇ ਲਾ ਲਵੇ ਉਹ ਇੱਕ ਜਗ੍ਹਾ ਤੋਂ ਗੁੱਛੀ ਬਣ ਜਾਂਦੀ ਲੇਕਿਨ ਜਿਹੜੀ ਹੁੰਦੀ ਨਾ ਪਾਲਕ ਇਹ ਇਸੇ ਤਰ੍ਹਾਂ ਗੱਡੀ ਹੁੰਦੀ ਉਹ ਉੱਥੇ ਅੱਗੇ ਗੱਡੀ ਹੋਈ ਨਾ ਮੈਂ ਤੁਹਾਨੂੰ ਦਿਖਾਈ ਸੀਗੀ ਉਹ ਵੀ ਐਵੇਂ ਵੇਚਣ ਉਹਨਾਂ ਨੇ ਸਿੱਟੀ ਹੋਈ ਆਏਗੀ ਅਤੇ ਚੱਲ ਕੇ ਉਹ ਵੀ ਤੁਹਾਨੂੰ ਦਿਖਾਉਂਦਾ ਨਾ ਉਸ ਤਰ੍ਹਾਂ ਪਾਲਕ ਉੱਗੇਗੀ ਜਿਸ ਤਰ੍ਹਾਂ ਉੱਥੇ ਉੱਗੀ ਹੋਈ ਆ ਸੇਮ ਵੈਸੇ ਇਸ ਜਗ੍ਹਾ ਤੋਂ ਨਾ ਚਾਰਾ ਕੱਟੀ ਖੜ੍ਹੇ ਨੇ ਥੋੜ੍ਹਾ ਜਿਹਾ ਰਹਿ ਕੇ ਹੈਗਾ ਇਹ ਵੀ ਸਮਾਂ 4-5 ਦਿਨਾਂ ਦੀ ਕੱਟੀ ਜਾਣਾ ਉਸ ਤੋਂ ਬਾਅਦ ਦੇਖਣੇ ਆ ਗਏ ਅੱਗੇ ਇੱਕ ਤਾਂ ਕੁਛ ਕਮੈਂਟ ਆਏ ਹੋਏ ਸੀਗੇ ਕਿ ਅਸਲ ਤੁਸੀਂ ਆਪਣੀ ਜਿਹੜੀ ਦੁਕਾਨ ਹੈਗੀ ਉਹਦਾ ਇਤਨਾ ਤੁਹਾਨੂੰ ਸ਼ੌਕ ਸੀਗਾ ਉਹ ਤੁਸੀਂ ਛੱਡ ਕੇ ਤੁਸੀਂ ਇਹ ਕੰਮ ਕਰਨ ਲੱਗੇ ਹੋ ਲੇਕਿਨ ਅਸੀਂ ਦੁਕਾਨ ਵੀ ਚਲਾਵਾਂਗੇ ਇਨਸ਼ਾਅੱਲਾ ਤਾਲਾ ਸਾਡੇ ਉਹ ਵੀ ਸ਼ੌਕ ਹੈ ਲੇਕਿਨ ਉਸ ਨੂੰ ਜ਼ਿਆਦਾ ਯਕੀਨ ਕਰ ਜੋ ਮੈਨੂੰ ਨਾ ਇਹ ਖੇਤੀ ਕਰਨ ਦਾ ਸ਼ੌਕ ਹੈ ਵੈਸੇ ਨਹੀਂ ਸਾਨੂੰ ਮਾਸ਼ਾਅੱਲਾ ਬੱਚਤ ਵੀ ਕਾਫੀ ਹੋਣੀ ਤਕਰੀਬਨ ਸਾਡਾ ਨਾ 8-9 ਹਜ਼ਾਰ ਜਾਂ ਜ਼ਿਆਦਾ ਤੋਂ ਜ਼ਿਆਦਾ 10 ਹਜ਼ਾਰ ਲੱਗ ਜਾਵੇਗਾ ਜਿਹਦੇ 'ਚ ਫਿਰ ਸਾਡੀ ਦੁਕਾਨ ਦੀਆਂ ਸਾਰੀਆਂ ਸਬਜ਼ੀਆਂ ਆਉਂਦੀਆਂ ਰਹਿਣਗੀਆਂ ਸਮਝ ਲਓ 1 ਮਹੀਨਾ ਜਾਂ 2 ਮਹੀਨੇ ਸਾਨੂੰ ਸਕੂਨ ਬਣ ਜਾਵਾਂ ਦੁਕਾਨ 'ਤੇ ਸਬਜ਼ੀ ਨਾ ਲਿਆਉਣੀ ਪਵੇ ਉਹ ਸਾਨੂੰ ਸਮਝ ਲਓ ਇੱਧਰੋਂ ਬੱਚਤ ਦੀ ਮਾਸ਼ਾਅੱਲਾ ਕਾਫੀ ਆ ਜਾਣੀ 10 ਹਜ਼ਾਰ ਲਾਉਣਾ ਹੈਗਾ ਪਾਣੀ ਵਗੈਰਾ ਪਾ ਕੇ ਕਰ ਲਓ ਕਿ 12-13 ਹਜ਼ਾਰ ਬਣ ਜਾਵੇਗਾ ਪਾਣੀ ਜਿਹੜੇ ਲੱਗਣੇ ਨੇ ਉਹਨਾਂ ਥੋੜ੍ਹੇ ਜ਼ਿਆਦਾ ਪੈਸੇ ਹੁੰਦੇ ਨੇ 12-13 ਹਜ਼ਾਰ ਕਰ ਲਓ ਲੱਗ ਜਾਵੇਗਾ ਅਤੇ ਉਹਦੇ ਵਿੱਚ ਫਿਰ ਸਾਨੂੰ ਅੱਗੇ 50 ਹਜ਼ਾਰ ਰੁਪਏ ਦੀ ਜਾਂ ਕਰ ਲਓ ਕਿ 60-70 ਹਜ਼ਾਰ ਰੁਪਏ ਇਨਸ਼ਾਅੱਲਾ ਤਾਲਾ ਲਾਜ਼ਮੀ ਹੋ ਜਾਵੇ ਕਿਉਂਕਿ 3 ਕਣਾਂ ਵਾਲਾ ਜ਼ਮੀਨ ਹੈ ਜੀ 3 ਕਣਾਂ ਵਾਲਾ ਜ਼ਮੀਨ ਹੈ ਕਾਫੀ ਚੀਜ਼ਾਂ ਗੜੀ ਜਾਣੀਆਂ ਨੇ ਮੈਂ ਤਾਂ ਤੁਹਾਨੂੰ ਦਿਖਾਉਣ ਆਇਆ ਸੀਗਾ ਪਾਲਕ ਅਤੇ ਲੇਕਿਨ ਮੈਂ ਗੱਲਾਂ 'ਤੇ ਖੜ੍ਹਾ ਹੋ ਗਿਆ ਹੈਗਾ ਆਹ ਦੇਖੋ ਜਿਹੜੀ ਇੱਥੇ ਗੱਡੀ ਹੋਈ ਨਾ ਇਹ ਵਾਲੀ ਪਾਲਕ ਇਸ ਤਰ੍ਹਾਂ ਉੱਗੇ ਜੀ ਚੋਪੇ ਨਹੀਂ ਲਾਏ ਹੋਏ ਨੇ ਐਵੇਂ ਸਿੱਟੀ ਜਿਸ ਤਰ੍ਹਾਂ ਮੈਂ ਸਿੱਟੀ ਨਾ ਫਰੈਸ਼ ਫਰੈਸ਼ ਪਾਲਕ ਉੱਗੀ ਹੋਈ ਆ ਅਤੇ ਇਸੇ ਤਰ੍ਹਾਂ ਉੱਤੋਂ ਕੱਟੀ ਜਾਵਾਂਗੇ ਥੱਲੋਂ ਹੋਰ ਉੱਗਦੀ ਜਾਵੇਗੀ ਵੈਸੇ ਤਾਂ ਥੋੜ੍ਹਾ ਜਿਹਾ ਬੀਜ ਲਾ ਕੇ ਮੈਂ ਚੈੱਕ ਕੀਤਾ ਹੈਗਾ ਅਤੇ ਹੋਰ ਇਨਸ਼ਾਅੱਲਾ ਤਾਲਾ ਪਾਲਕ ਦਾ ਸਾਰੀ ਸਾਰੀ ਚੀਜ਼ਾਂ ਅਲੱਗ ਅਲੱਗ ਬੀਜ ਲੈ ਆਉਣਾ ਜਿਵੇਂ ਕਿ ਰਾਤ ਨੂੰ ਤੁਹਾਡੇ ਨਾਲ ਮਸ਼ਵਰਾ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਲੱਗੇਗਾ ਅਗਰ 5-5, 10-10 ਮਰਲੇ ਅਲੱਗ ਅਲੱਗ ਗੱਡੇ ਉਹਨੂੰ ਬਲਾਕ ਬਣਾ ਕੇ ਅਤੇ ਗਾਹਕ ਆਪਣੇ ਪਸੰਦ ਨਾਲ ਚੀਜ਼ਾਂ ਲੈ ਜਾਵਣ ਉਹ ਬਹੁਤ ਹੀ ਕਿੰਨਾ ਖੂਬਸੂਰਤ ਇਹ ਖੇਤ ਹੋਣਾ ਹੈਗਾ ਅਤੇ ਵੈਸੇ ਗਾਹਕ ਲੈ ਹੀ ਬੜੇ ਕਰਨਗੇ ਫਰੈਸ਼ ਚੀਜ਼ਾਂ ਮਿਲੀਆਂ ਕਰਨਗੀਆਂ ਅਤੇ ਇਹ ਦੇਖੋ ਸਰਸੋਂ ਦਾ ਫੁੱਲ ਜਿਹਾ ਸਾਰਾ ਸ਼ਬਨਮ ਦੇ ਕਤਰਿਆਂ ਨੂੰ ਤੂੰ ਗਰੀਜਿਆ ਖੜ੍ਹਾ ਹੈਗਾ ਝੁਕਿਆ ਖੜ੍ਹਾ ਹੈਗਾ ਸਾਰਾ ਨਾ ਮਾਸ਼ਾਅੱਲਾ ਬਹੁਤ ਪਿਆਰੇ ਲੱਗ ਰਹੇ ਅੱਗੇ ਤਾਂ ਕਾਲੀ ਪੀਲੇ ਪੀਲੇ ਸਾਰੇ ਫੁੱਲ ਹੋ ਜਾਣੇ ਨੇ ਜਿਹੜੇ ਵਿੱਚ ਛੱਡ ਰਹੇ ਨੇ ਨਾ ਇਹਨਾਂ ਨੇ ਵੱਡੇ ਹੋ ਕੇ ਸਾਰੀ ਜਗ੍ਹਾ ਮੈਨੂੰ ਉੱਥੇ ਸਰਸੋਂ ਦੇ ਫੁੱਲ ਹੀ ਨਜ਼ਰ ਆਏ ਕਰਨਗੇ ਲੇਕਿਨ ਇਨਸ਼ਾਅੱਲਾ ਤਾਲਾ ਅਗਰ ਜਿਵੇਂ ਮੈਂ ਇਰਾਦਾ ਬਣਾਇਆ ਨਾ ਉਸ ਤਰ੍ਹਾਂ ਹੋ ਗਿਆ ਅਤੇ ਫਿਰ ਤਾਂ ਤੁਹਾਨੂੰ ਇੱਥੋਂ ਹੀ ਨਾ ਵੱਡੇ ਵੱਡੇ ਫੁੱਲ ਨਜ਼ਰ ਆਏ ਕਰਨਗੇ ਇੰਨੇ ਇੰਨੇ ਹੋ ਜਾਣੇ ਨੇ ਜਿਹੜੇ ਉਹ ਲਾਣੇ ਨੇ ਸੂਰਜ ਮੱਕੀ ਤੋਂ ਦਿਲ ਹੈ ਇਸ ਸਾਈਡ 'ਤੇ ਜਾਂ ਤੋੜ ਤੱਕ ਹੋਵਣ
ਇੱਧਰੋਂ ਫਿਰ ਇੰਝ ਸਨਫਲਾਵਰ ਜਿਹੜੇ ਆਉਂਦੇ ਨੇਗੇ ਉਹ ਦੀਵਾਰ ਦੇ ਨਾਲ ਤੋੜ ਤੱਕ ਇੰਝ ਲਾਏ ਹੋਣ ਸਾਈਡਾਂ ਸਾਈਡਾਂ 'ਤੇ ਸਿਰਫ ਤਕਰੀਬਨ 3-4 ਮਹੀਨੇ ਇਹ ਚੀਜ਼ਾਂ ਜਿਹੜੀਆਂ ਨੇ ਮੁੜ ਜਿਹੜੇ ਸੂਰਜਮੁਖੀ ਦੇ ਫੁੱਲ ਹੁੰਦੇ ਨੇ ਯਕੀਨ ਬਹੁਤ ਜ਼ਿਆਦਾ ਖੂਬਸੂਰਤ ਹੁੰਦੇ ਉਹਨਾਂ ਬੀਜ ਜਿਹੜਾ ਹੁੰਦਾ ਉਹ ਬੰਦਾ ਇਕੱਠਾ ਕਰ ਲਵੇ ਉਹ ਵੀ ਵਿਕਦਾ ਹੈਗਾ ਉਹਦੇ ਵੀ ਸਾਨੂੰ ਕਾਫੀ ਬੱਚਤ ਆ ਜਾਵੇ ਜੀ ਅਤੇ ਬਾਕੀ ਹਾਲੇ ਤੱਕ ਅੰਕਲ ਕੋਈ ਨਹੀਂ ਆਏ ਰਿਕਸ਼ਾ ਵਾਲੇ ਸਮਾਨ ਉੱਥੇ ਸਾਹਮਣੇ ਹੀ ਉਹਨਾਂ ਦਾ ਲਾ ਰਹੇ ਨੇਗੇ ਉਹ ਖੜ੍ਹੇ ਨੇਗੇ ਚਲੋ ਆ ਜਾਂਦੇ ਨੇਗੇ ਕੁਛ ਟਾਈਮ 'ਤੇ ਲਓ ਜੀ ਅੰਕਲ ਰਿਕਸ਼ੇ ਵਾਲੇ ਵੀ ਆ ਗਏ ਨੇਗੇ ਅਤੇ ਉਦੋਂ ਨਾ ਉਹ ਜਿਹਾ ਸਾਹਮਣੇ ਕਚਰਾ ਇਤਨਾ ਜ਼ਿਆਦਾ ਇਕੱਠਾ ਹੋਇਆ ਬਹਿਣ ਦਾ ਵੀ ਅੱਜ ਕੋਈ ਨਾ ਕੋਈ ਨਾ ਹੱਲ ਕੱਢਣੇ ਆਉਂਗੇ ਇਹਨੂੰ ਕਿਧਰੇ ਨਾ ਕਿਧਰੇ ਲਾਈਏ ਕੋਈ ਗੰਦਾ ਲੱਗ ਰਿਹਾ ਹੈਗਾ ਇੱਥੇ ਅੱਗੇ ਪਿਆ ਹੋਇਆ ਨਾ ਮਾਸ਼ਾ ਅੱਲਾਹ ਅੱਜ ਤਾਂ ਸਬਜ਼ੀਆਂ ਕਾਫੀ ਆਈਆਂ ਨੇਗੀਆਂ ਗਾਜਰਾਂ ਮਿਰਚਾਂ ਆਲੂ ਪਿਆਜ਼ ਗੋਭੀ ਅਤੇ ਮਟਰ ਵੀ ਨੇਗੇ ਪਾਲਕ ਵੀ ਕੋਈ ਨਹੀਂ ਚਲੋ ਕਰ ਲੋ ਮਰਲੇ ਗੱਡ ਲਵਾਂਗੇ ਇਹਦੇ ਇੱਥੇ ਬਾਕੀ ਸਬਜ਼ੀ ਸਾਰੀ ਖੋਲ ਕੇ ਲਾਨੇ ਆ ਆਹ ਬੁਝਾਣ ਪਿਆਜ਼ ਪਰਾਂ ਥੱਲੇ ਰੱਖ ਲਓ ਮਾਸ਼ਾਅੱਲਾ ਜੀ ਫਰੈਸ਼ ਸਬਜ਼ੀਆਂ ਸਾਰੀਆਂ ਲਾ ਲਈਆਂ ਨੇਗੀਆਂ ਇਸ ਫੱਟੇ 'ਤੇ ਅਤੇ ਉਧਰੋਂ ਅੱਬੂ ਜਾਨ ਜਿਹੜੇ ਨੇਗੇ ਇੱਧਰ ਲੱਗੇ ਹੋਏ ਨੇ ਇੱਥੇ ਆਲੂ ਗੱਡੇ ਸੀ ਅੱਬੂ ਜਾਨ ਨੇ ਵੇਦਾਂ ਦੱਸੇ ਸੀ ਇੱਕ ਵਾਰੀ ਮੈਂ ਉਹ ਪੱਟਣ ਨੂੰ ਕਹਿ ਰਹੇ ਨੇਗੇ ਕਿ ਸਾਹਮਣੇ ਉੱਧਰ ਗੱਡ ਦਿੰਦੇ ਹਾਂ ਇੱਥੇ ਪੈਰਾਂ ਦੇ ਥੱਲੇ ਆਉਂਦੇ ਨੇਗੇ ਚਲੋ ਥੱਲੋਂ ਜੜ੍ਹਾਂ ਵਗੈਰਾ ਤਾਂ ਨਿਕਲੀ ਹੋਈਆਂ ਨੇ ਇਹਨਾਂ ਦੀਆਂ ਅਤੇ ਮੈਂ ਹੁਣ ਫਿਰ ਚੱਲਣਾ ਹੈਗਾ ਚੱਲ ਕੇ ਖਾਲਾ ਜਾਨ ਉਹਨਾਂ ਦਾਣੇ ਲੈ ਆਉਂਦਾ ਹੈਗੇ ਗੰਦਮ ਦੇ ਅਤੇ ਨੂਰ ਦੇ ਕੰਮ ਵੇਖੋ ਜੜ ਦੇ ਮਨ ਨੂੰ ਲੱਗੀ ਹੋਈ ਹੈ ਨੂਰ ਵਾਲਾ ਨਾ ਸਾਲ ਸਕੂਲ ਨਾਲ ਛੁੱਟੀ ਸੀਗੀ ਨਰਸਰੀ ਅਤੇ ਵਨ ਕਲਾਸ ਵਾਲਿਆਂ ਛੁੱਟੀ ਹੈ ਸਨੈਣ ਅਤੇ ਨੂਰ ਨੂੰ ਛੁੱਟੀ ਹੈਗੀ ਬਾਕੀ ਪ੍ਰੀਸ਼ਾ ਹੋਰ ਸਕੂਲ ਚਲੇ ਗਏ ਨੇਗੇ ਅਤੇ ਆਇਸ਼ਾ ਵੀ ਘਰ ਦਾ ਕੰਮਾਂ ਲੱਗੀ ਫਿਰਦੀ ਸਾਹਮਣੇ ਬਰਤਨ ਦੇਖੋ ਕਿਤਨੇ ਜ਼ਿਆਦਾ ਜਿਹੜੇ ਨਾ ਆਇਸ਼ਾ ਨੇ ਧੋ ਕੇ ਰੱਖੇ ਨੇਗੇ ਸੁਬਹਾ ਸੁਬਹਾ ਪਏ ਬਰਤਨ ਧੋਤੇ ਅੰਮੀ ਜਾਨ ਜੀ ਇੱਥੇ ਬੈਠੀਆਂ ਨੇਗੇ ਚੁੱਲ੍ਹੇ ਠੀਕ ਹੈ ਅੰਮੀ ਜਾਣ ਫਿਰ ਜਾਣਾ ਮਜ਼ਾਕ ਖਾਲਾਂ ਜਾਣ ਉਹਨਾਂ ਲੈਣ ਨਾਲ ਦਾਣੇ ਸਰਦੀ ਵੀ ਬਹੁਤ ਜ਼ਿਆਦਾ ਹੈਗੀ ਲੇਕਿਨ ਜਾਣਾ ਵੀ ਮਜਬੂਰੀ ਹੈਗੀ ਸਫ਼ਰ ਵੀ ਕਾਫੀ ਬਣ ਜਾਣਾ ਅਤੇ ਨਿਕਲਣਾ ਆ ਗਿਆ ਤਾਂ ਵਿੱਚ ਵਿੱਚ ਜਾਂ ਸ਼ੋਰਟਕੱਟ ਰਸਤਾ ਇੱਧਰੋਂ ਹੀ ਜਾਵਾਂਗਾ ਇੱਧਰੋਂ ਹੀ ਵਾਪਸ ਆਵਾਂਗਾ ਇਹ ਡਰ ਹੈਗਾ ਰਸਤੇ 'ਚ ਮੇਰੇ ਕਿਤੇ ਦਾਣੇ ਡਿੱਗ ਨਾ ਜਾਵਾਂ ਅੱਛਾ ਚਾਬੀ ਕਿੱਥੇ ਰੱਖੀ ਸੀ ਮੋਟਰਸਾਈਕਲ ਦੀ ਅੱਛਾ ਇੱਕ ਮਿੰਟ ਮੇਰੇ ਜੇਬ ਵਿੱਚ ਫਿਰਦੀ ਅੱਬੂ ਜਾਣ ਕੋ ਕਿੱਥੇ ਹੈਗੀ ਚਲੋ ਕਹਿੰਦੇ ਮੋਟਰਸਾਈਕਲ ਆਇਸ਼ਾ ਵੀ ਸਫਾਈ ਸਫੂਈ ਕਰਨ ਲੱਗੀ ਹੁਣ ਫਿਰ ਘਰ ਦੀ ਸਰਦੀ ਹੱਥ ਮੇਰਾ ਠਰਿਆ ਜਾ ਰਿਹਾ ਹੱਥ ਨਾਲ ਤਾਂ ਮੋਟਰਸਾਈਕਲ ਚਲਾ ਰਿਹਾ ਨਾ ਮਜਬੂਰੀ ਹੈਗੀ ਅਤੇ ਯਕੀਨਨ ਮੈਂ ਸੋਚਿਆ ਨਹੀਂ ਆ ਗਿਆ ਕਿ ਇਸ ਸਾਈਡ 'ਤੇ ਇਤਨੀ ਜ਼ਿਆਦਾ ਸਰਦੀ ਹੋਵੇਗੀ ਇਹ ਵਾਲਾ ਜਿਹਾ ਮੇਰਾ ਹੱਥੇ ਜੰਮਿਆ ਜਾ ਰਿਹਾ ਦੂਹਾ ਜੇ ਹੱਥ ਨਾਲ ਕੈਮਰਾ ਫੜਿਆ ਤਾਂ ਮੈਂ ਜੇਬ ਪਾਲਣਾ ਨੇ ਇੱਕ ਹੱਥ ਨਾਲ ਮੋਟਰਸਾਈਕਲ ਸਕੂਲ ਨਾਲ ਚੱਲ ਜਾਂਦਾ ਹੈਗਾ ਲੇਕਿਨ ਇਹ ਹੱਥ ਜਿਹੜਾ ਠਰ ਠਰ ਕੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈਗਾ ਉਹਦਾ ਨਾਂ ਸਰਸੋਂ ਦਾ ਖੇਤ ਮਾਸ਼ਾਅੱਲਾ ਦੇਖੋ ਕਿਤਨਾ ਖੂਬਸੂਰਤ ਫੁੱਲ ਕਿਤਨੇ ਪਿਆਰੇ ਲੱਗ ਰਹੇ ਨੇਗੇ ਇਹਦਾ ਬੀਜ ਪਕਾਉਣ ਦੇ ਉੱਤੇ ਬੀਜ ਲੱਗਿਆ ਹੋਇਆ ਨਾ ਮੁੰਗਰਿਆਂ ਦੀ ਤਰ੍ਹਾਂ ਇਹਦਾ ਪਕਾ ਕੇ ਅਤੇ ਫਿਰ ਅੱਗੇ ਵੇਚ ਵੀ ਦਿੰਦੇ ਹੁੰਦੇ ਨੇ ਜ਼ਿਆਦਾ ਜ਼ਿਆਦਾ ਕੋਈ ਤੇਲ ਵਾਸਤੇ ਰੱਖ ਲੈਂਦੇ ਨੇ ਘਰ ਦੇ ਵਿੱਚ ਸਰਸੋਂ ਦਾ ਤੇਲ ਕਢਾ ਕੇ ਰੱਖ ਲਿਆ ਜਾਂ ਵੇਚਤਾ ਇਸ ਤਰ੍ਹਾਂ ਵੀ ਹੋ ਜਾਂਦਾ ਇਸ ਬੀਜ ਦਾ ਤਕਰੀਬਨ ਸਮਝ ਲਓ ਕਿੱਲੇ ਦੇ ਵਿੱਚੋਂ ਨਿਕਲਦੇ ਹੋਣੇ ਨੇ ਕੋਈ 7-8 ਮਣ ਤਾਂ ਨਿਕਲ ਜਾਂਦੀ ਹੋਣੀ ਸਰਸੋਂ ਦਾ ਬੀਜ ਜਿਹੜਾ ਅਤੇ ਅੱਗੇ ਮਾਸ਼ਾਅੱਲਾ ਦੇਖੋ ਹਰੀਆਂ ਭਰੀਆਂ ਫਸਲਾਂ ਪਿਆਰੀਆਂ ਪਿਆਰੀਆਂ ਗੰਦਾ ਵੀ ਮਾਸ਼ਾਅੱਲਾ ਹੁਣ ਕਾਫੀ ਵੱਡੀ ਵੱਡੀ ਹੋਈ ਖੜੀ ਹੈਗੀ ਮੈਂ ਤੂੰ ਗੁਜ਼ਰ ਰਿਹਾ ਸੀਗਾ ਮੈਂ ਅੱਜ ਅੱਗੇ ਨੂੰ ਜਾਣਾ ਹੈਗਾ ਅਤੇ ਇੱਥੇ ਨਾ ਮੈਂ ਨਜ਼ਰ ਆਇਆ ਹੈਗਾ ਟਿਊਬਵੈੱਲ ਚੱਲਿਆ ਹੋਇਆ ਸੀਗਾ ਅਤੇ ਨਾਲ ਨਾ ਮਾਸ਼ਾਅੱਲਾ ਅਮਰੂਦਾਂ ਦਾ ਬੂਟਾ ਲੱਗਿਆ ਹੋਇਆ ਕਿੰਨੇ ਪਿਆਰੇ ਪਿਆਰੇ ਨੁਕਤੇ ਨੇ ਅਮਰੂਦ ਲੱਗੇ ਹੋਏ ਨੇ ਕੱਚੇ ਕੱਚੇ ਹਾਲੇ ਤੱਕ ਹੋਣੇ ਪੱਕਣਗੇ ਅਤੇ ਨਾਲ ਹੀ ਟਿਊਬਵੈੱਲ ਚੱਲਿਆ ਹੋਇਆ ਸੀ ਗਰਮਾ ਗਰਮ ਪਾਣੀ ਹੈਗਾ
ਤੇ ਮਾਸ਼ਾਅੱਲਾ ਅਮਰੂਦ ਮੈਨੂੰ ਬਹੁਤ ਪਿਆਰੇ ਲੱਗੇ ਨੇ ਕਿ ਨਾਲ ਅਮਰੂਦਾਂ ਦਾ ਇੰਨਾ ਪਿਆਰਾ ਪੌਦਾ ਲੱਗਿਆ ਹੋਇਆ ਟਿਊਬਲ ਚੱਲਿਆ ਹੋਇਆ ਸੀਗਾ ਆਤਾ ਨਹੀਂ ਮੈਂ ਦੋਵਾਂ ਲੱਗਿਆ ਹਾਲਾਂਕਿ ਪਾਣੀ ਗਰਮ ਹੈਗਾ ਤੇ ਅੱਜ ਇਹ ਠੀਕ ਹੋ ਜਾਵੇਗਾ ਠੰਡਾ ਲੇਕਿਨ ਇਹ ਬਾਅਦ ਫਿਰ ਜ਼ਿਆਦਾ ਠਰ ਜਾਣਾ ਚੱਲਣੇ ਆ ਗਿਆ ਹੁਣ ਫਿਰ ਤੇ ਇੱਥੇ ਹੀ ਪਹਿਲੇ ਮਕਾਈ ਬੀਜੀ ਹੋਈ ਸੀਗੀ ਮਕਾਈ ਦੀ ਕਟਾਈ ਹੋ ਗਈ ਹੈ ਇਹਦਾ ਭਾਈ ਹੋਰ ਜਿਹੜੇ ਇੰਨਾ ਸੁਬਹਾ ਸੁਬਹਾ ਇੱਥੇ ਭੈਂਸਾਂ ਵਗੈਰਾ ਅਤੇ ਬੱਕਰੀਆਂ ਚਰਾਉਂਦੇ ਫਿਰਦੇ ਨੇਗੇ ਸੁੱਕਾ ਸੁੱਕਾ ਗਾਸ ਹੈਗਾ ਸੁੱਕਾ ਸੁੱਕਾ ਗਾਸ ਹੀ ਖਾ ਜਾਂਦੀਆਂ ਦੇਖ ਲਓ ਬੱਕਰੀਆਂ ਵਗੈਰਾ ਕਿਉਂਕਿ ਇਹਨਾਂ ਦਿਨਾਂ ਗਾਸ ਜਿਹੜਾ ਜ਼ਿਆਦਾ ਮਿਲਦਾ ਨਹੀਂ ਹੈ ਨਾ ਤਾਂ ਫਿਰ ਮਜਬੂਰੀ ਹੁੰਦੀ ਆ ਸੁੱਕੀ ਜਿਹੜੀ ਵਿੱਚ ਪਈ ਹੈਗੀ ਕੋਈ ਮੱਕੀ ਦੇ ਛਿਲਕੇ ਵਗੈਰਾ ਖਾ ਜਾਂਦੀਆਂ ਬੱਕਰੀਆਂ ਬੱਕਰੇ ਦੇਖੋ ਕਿੰਨੇ ਪਿਆਰੇ ਪਿਆਰੇ ਬੱਕਰੀਆਂ ਨੇ ਮਾਸ਼ਾਅੱਲਾ ਗਰਮ ਪਹੁੰਚੇ ਖੜਾ ਸਾਹਮਣੇ ਹੀ ਆ ਗਿਆ ਹੈਗਾ ਪਿੰਡ ਉਹਨਾਂ ਦਾ ਅਤੇ ਮਾਸ਼ਾਅੱਲਾ ਇੱਧਰ ਦੇਖੋ ਸ਼ਿਤਾਲਾ ਦੇ ਵਿੱਚ ਪਤਾ ਨਹੀਂ ਹੈ ਗੰਦਮ ਹੋਰ ਵੀ ਕੋਈ ਚੀਜ਼ ਵਗੈਰਾ ਲਾ ਗੱਡੀ ਹੋਈ ਹੈ ਕਿ ਸਿਰਫ ਭੈਂਸਾਂ ਦੇ ਚਾਰੇ ਵਾਸਤੇ ਕਿਉਂਕਿ ਬਾਅਦ ਚਾਰੇ ਨਹੀਂ ਹੁਣ ਮਿਲਣੇ ਨੇ ਕਿ ਭੈਂਸਾਂ ਦੇ ਅਤੇ ਆਹ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਇਸ ਸਾਈਡ 'ਤੇ ਇਕੱਲੀ ਗੰਦਮ ਗੱਡੀ ਹੋਈ ਆ ਹਰੀ ਭਰੀ ਲੱਗ ਰਹੀ ਆ ਚੱਲਣੇ ਆ ਖਾਲਾ ਜਾਣ ਉਹਨਾਂ ਨੇ ਸਰਦੀ ਬਹੁਤ ਜ਼ਿਆਦਾ ਲੱਗ ਰਹੀ ਹੱਥ ਰੱਤਾ ਲਾਲ ਹੋਇਆ ਇੰਨਾ ਜੰਮਿਆ ਜਾਂਦਾ ਇੱਥੇ ਖਾਲਾ ਜਾਣ ਵਾਲੇ ਜੀ ਮੈਂ ਆ ਗਿਆ ਬਾਕੀ ਖਾਲਾ ਜਾਣ ਨੇ ਆਉਂਦੇ ਨਾਲੋਂ ਪਹਿਲੇ ਤਾਂ ਮੈਂ ਦਿੱਤੀ ਹੈਗੀ ਚਾਹ ਚ ਨਾਲ ਬਿਸਕਟ ਉਦੋਂ ਮੈਂ ਦੇਖ ਰਿਹਾ ਸੀਗਾ ਇਹਨਾਂ ਨੇ ਨਾ ਅਗਲੇ ਦਿਨ ਫੋਨ ਠੀਕ ਕਰਾਇਆ ਸੀਗਾ ਤੇ ਫਿਰ ਇਹਨਾਂ ਜਿਹਾ ਫੋਨ ਇਹਨਾਂ ਖਰਾਬ ਹੋਇਆ ਹਾਂ ਦੇਖੋ ਡਬਲ ਡਬਲ ਸਕਰੀਨ ਜਿਹੜੀ ਹੋ ਗਈ ਹੁੰਦੀ ਤਾਂ ਉਹਨਾਂ ਲੇਕਿਨ ਖਾਲਾ ਜਾਣ ਉਹਨਾਂ ਨੇ ਪਹਿਲੇ ਕਾਫੀ ਚੈਨਲ ਬਣਾਏ ਨੇ ਇਹਨਾਂ ਕੋਲ ਸਮਝ ਲਓ ਕਾਮਯਾਬੀ ਨਹੀਂ ਇਹਨਾਂ ਮਿਲੀ ਸੀ ਫਿਰ ਮੈਂ ਕਿਹਾ ਚਲੋ ਇਮਾਨ ਕੁਕਿੰਗ ਜਿਹਾ ਚੈਨਲ ਹੈਗਾ ਉਹ ਖਾਲਾ ਜਾਣ ਉਹਨਾਂ ਦੇ ਦਿੰਦੇ ਆ ਤੇ ਇਹ ਜਿਹੜੇ ਇਹਨਾਂ ਦੇ ਵਲੌਗ ਵਗੈਰਾ ਪਾਈ ਰੱਖਣਗੇ ਤੇ ਜਾ ਤੁਸੀਂ ਲਾਜ਼ਮੀ ਉਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਡੇਲੀ ਖਾਲਾ ਜਾਣ ਉਹ ਜਿਹੜੀ ਨਾ ਵੀਡੀਓ ਵਾਚ ਕੀਤੀ ਕਰੋ ਜਿਵੇਂ ਕਿ ਅਗਲੇ ਦਿਨ ਤੁਹਾਨੂੰ ਮੈਂ ਕਹਿ ਰਿਹਾ ਸੀਗਾ ਲਾਜ਼ਮੀ ਜਾ ਕੇ ਨਾ ਤੁਸੀਂ ਇਮਾਨ ਕੁਕਿੰਗ ਬਸ ਸਰਚ ਕਰੋਗੇ ਨਾ ਇਮਾਨ ਕੁਕਿੰਗ ਫੌਰਨ ਉੱਤੇ ਚੈਨਲ ਆ ਜਾਣਾ ਮੇਰੇ ਛੋਟੇ ਬਾਈ ਹਸਨੈਨ ਦਾ ਫੋਟੋ ਉੱਤੇ ਲੱਗਿਆ ਹੋਣਾ ਹੈਗਾ ਨੀਲੀ ਸ਼ਰਟ 'ਚ ਹੋਵੇਗਾ ਸਕੂਲ ਵਾਲੀ 'ਚ ਇਹ ਉੱਤੇ ਵੈਸੇ ਸਕਰੀਨ 'ਤੇ ਮੈਂ ਲਾ ਦੇਵਾਂਗਾ ਅਲਹਮਦੁਲਿਲਾ ਚਾਹ ਪੀ ਲਈ ਹੈਗੀ ਅਤੇ ਮੈਂ ਇੱਧਰ ਆਇਆ ਸੀਗਾ ਦੇਖ ਰਿਹਾ ਹਾਂ ਗਿਆ ਮਾਸ਼ਾਅੱਲਾ ਨੇ ਖਾਲਾ ਜਾਣ ਵਾਲਿਆਂ ਥਾਪੀਆਂ ਜਮ੍ਹਾਂ ਕਰਕੇ ਰੱਖੀਆਂ ਹੋਈਆਂ ਸੀਗੀਆਂ ਸਰਦੀਆਂ ਵਾਸਤੇ ਬਾਲਣ ਦੇਖੋ ਸਾਰੀਆਂ ਵੀ ਜੁੜੀਆਂ ਹੋਈਆਂ ਨੇ ਕਵੇਰੇ ਦੇ ਇੱਥੋਂ ਇੱਕ ਸਾਈਡ ਤੋਂ ਉਹਨਾਂ ਨੂੰ ਹੋਲ ਬਣਾ ਲਿਆ ਵਿੱਚੋਂ ਕੱਢੀ ਜਾਣਗੇ ਉੱਤੇ ਕਰਨ ਦੇ ਬਾਰਿਸ਼ ਪੈ ਜਾਂਦੀ ਵਿੱਚੋਂ ਗਿੱਲੀਆਂ ਨਹੀਂ ਹੋਣਗੀਆਂ ਕਿਉਂਕਿ ਉੱਤੋਂ ਇਹਦੀ ਲੇਪੀ ਹੋਈ ਹੋਈ ਹੈ ਉਹ ਵੀ ਗੋਹੇ ਨਾਲ ਹੀ ਕੀਤੀ ਹੋਈ ਉਹਨਾਂ ਨੇ ਗੋਬਰ ਨਾਲ ਅਤੇ ਬਾਕੀ ਉਹਦੇ ਖਾਲਾ ਜਾਣ ਜਿਹੜੀਆਂ ਨੇ ਦਾਣੇ ਕੱਢ ਰਹੀਆਂ ਨੇ ਕਹਿ ਰਹੀ ਤਕਰੀਬਨ 30 ਕਿਲੋ ਲੈ ਜਾਓ ਕਿਉਂਕਿ ਉਹ ਨਾ ਹੋਏ ਕਿ ਸਾਡੇ ਕੋਲ ਫਿਰ ਜਿਹੜੇ ਗੰਦਮ ਖਤਮ ਨਾ ਹੋ ਜਾਵੇ ਵੈਸੇ ਕਹਿ ਰਹੀਆਂ ਨੇ ਕਿ ਪੂਰੀ ਰਲ ਮਿਲ ਕੇ ਖਾ ਸਕਦੇ ਬਣ ਗਿਆ ਬਾੜ ਜਿਹੜਾ ਬੰਦ ਹੋ ਗਿਆ ਬੰਦ ਹੋ ਗਿਆ ਥੱਲੇ ਵੀ ਸਮਝ ਲਓ 2-3 ਮਨ ਜਾਂ 4 ਮਨ ਪਈ ਹੋਵੇਗੀ ਕੋਈ ਅੱਲਾ ਕਰ ਸਿਰਤਾ ਤੱਕ ਨਾਲ ਜਿਹੜਾ ਨਾ ਗੁਜ਼ਾਰਾ ਹੋ ਜਾਵੇ ਕਣਕਾਂ ਉਤਾਂ ਤੇ ਹੋ ਜਾਣੀਆਂ ਨੇ ਛੋਣ ਨਾ ਵਧੀਆ ਵਧੀਆ ਤਕਰੀਬਨ 30 ਕਿਲੋ ਲੈ ਜਾਂਦਾ ਅਗਰ ਸਕੂਨ ਨਾ ਸਾਡਾ ਵੀ ਕੋਈ ਜਿਹੜਾ ਇੰਨਾ ਮਹੀਨਾ ਇੱਕ ਤਾਂ ਪੈ ਜਾ ਮਹੀਨੇ ਤੋਂ ਘੱਟ ਦੇ ਨਹੀਂ ਪੈਣੇ ਲੇਕਿਨ ਕੋਈ ਨਹੀਂ ਫਿਰ ਇਨਸ਼ਾਅੱਲਾ ਤਾਲਾ ਅੱਗੇ ਅਸੀਂ ਨਾ ਉਹ ਤੋਂ ਗੰਦਮ ਖਰੀਦ ਕੇ ਕੋਈ ਮਨ 1.5 ਮਨ ਰੱਖ ਲਵਾਂਗੇ ਘਰ 'ਚ ਕਿ ਚਲੋ ਗੰਦਮ ਵੱਡਾ ਹੀ ਹੁੰਦੀ ਤੱਕ ਨਾ ਸਰ ਜਾਵੇ ਉਸ ਤੋਂ ਬਾਅਦ ਦੇਖਾਂਗੇ ਇਨਸ਼ਾਅੱਲਾ ਨਾ ਉਸਮਾਨ ਦੇ ਕੰਮ ਵੇਖੋ ਐ ਉਸਮਾਨ ਮਸਤੀਆਂ ਕਰ ਰਿਹਾ ਲੱਗੇ ਹੋਇਆ ਇੱਥੇ ਨੂੰ ਲਪੇਟ ਕੇ ਨਾ ਕਾਲਾ ਜਾਣ ਨੇ ਪਾਇਆ ਤੇ ਖੇਡਣ ਲੱਗਾ ਹੋਇਆ ਬਾਕੀ ਦਾਣੇ ਬੋਰੀ ਦੇ ਵਿੱਚ ਪਾ ਲੈਣੇ ਗੇ ਤੇ ਹੁਣ ਫਿਰ ਲੈ ਕੇ ਚੱਲਣਾ ਆ ਗਿਆ ਇਹਨਾਂ ਨੂੰ ਚੱਲ ਕੇ ਨਾਲੀ ਤੱਕ ਚੱਕੀ ਤੇ ਦੇਣਾ ਤਕਰੀਬਨ 2nd ਟਾਈਮ ਸਾਨੂੰ ਮਿਲਣਗੇ ਤੇ ਉਸ ਤੋਂ ਬਾਅਦ ਮੈਂ ਹੁੰਦੇ ਵੀ ਕੰਮ ਜਾਣਾ ਤੁਹਾਨੂੰ ਦੱਸਿਆ ਸੀਗਾ ਉਹ ਵੀ ਸਰਪ੍ਰਾਈਜ਼ ਹੈਗਾ ਦੱਸਦੇ ਘਰ ਚੱਲ ਕੇ ਫਿਰ ਤੁਹਾਨੂੰ ਦੱਸਣਾ ਆ ਗਿਆ ਇਨਸ਼ਾਅੱਲਾ ਦਾਣੇ ਇੱਥੇ ਅੱਗੋਂ ਟੈਂਕੀ 'ਤੇ ਰੱਖ ਲੈਣਗੇ ਕਿਉਂਕਿ ਜਿੰਨੇ ਕਹਾਣਗੇ ਇੱਥੇ ਅੱਗੋਂ ਹੀ ਠੀਕ ਨੇਗਾ ਅਗਰ ਪਿੱਛੇ ਰੱਖਦਾ ਤਾਂ ਗਿਰ ਜਾਣੇ ਆਣਗੇ ਅਤੇ ਉਦੋਂ ਦੇਖੋ ਮਾਸ਼ਾਅੱਲਾ ਕਿਤਨਾ ਖੂਬਸੂਰਤ ਮੰਜ਼ਰ ਹੈਗਾ ਸਾਰੇ ਜਾਨਵਰ ਖੜ੍ਹੇ ਨੇਗੇ ਅਲੱਗ ਅਲੱਗ ਚਾਰਾ ਖਾ ਰਹੇ ਨੇਗੇ ਸੋ ਉਸ ਬਾਅਦ ਚਾਰਾ ਪਾਏ ਇਹਨੇ ਦੁੱਧ ਕੱਢ ਕੇ ਅਤੇ ਉਸ ਤੋਂ ਬਾਅਦ ਫਿਰ ਇਹਨੇ ਚਾਰਾ ਪਾ ਦਿੰਦੇ ਹੁੰਦੇ ਕੋਈ ਕੋਈ ਚਾਰਾ ਖਵਾ ਕੇ ਉਸ ਤੋਂ ਬਾਅਦ ਜਾਂ ਦੁੱਧ ਕੱਢ ਦਿੰਦੇ ਅਗਰ ਚਾਰਾ ਬੈਂਸਾਂ ਖਾ ਲਵਨ ਤਾਂ ਉਸ ਤੋਂ ਬਾਅਦ ਦੁੱਧ ਦੇਵਣ ਫਿਰ ਜ਼ਿਆਦਾ ਦੁੱਧ ਦੇਣੇ ਮਿਕਦਾਰ ਹੈ ਲੇਕਿਨ ਜਿਹਨਾਂ ਨੇ ਫਿਰ ਸੁਬਹਾ ਸੁਬਹਾ ਦੁੱਧ ਹੀ ਦੇਣਾ ਹੁੰਦਾ ਉਹ ਥੋੜ੍ਹਾ ਜਿਹਾ ਨਾ ਸਮਾਂ ਟਾਈਮ ਨਾਲ ਦੁੱਧ ਚੋ ਲੈਂਦੇ ਫਿਰ ਚਾਰਾ ਵੀ ਕੀਪਤਾ ਟਾਈਮ ਨਾਲ ਪਾ ਦਿੰਦੇ ਹੋਣਗੇ ਲੇਕਿਨ ਮੈਨੂੰ ਇਸ ਰੂਟੀਨ ਦਾ ਨਹੀਂ ਪਤਾ ਬਾਕੀ ਚੱਲਣੇ ਆ ਗਏ ਯਾਰ ਹੁਣ ਫਿਰ ਬਾਕੀ ਜਦੋਂ ਮੈਂ ਸੁਬਹਾ ਆਇਆ ਸੀ ਨਾ ਉਦੋਂ ਸਰਦੀ ਬਹੁਤ ਜ਼ਿਆਦਾ ਹੈਗੀ ਲੇਕਿਨ ਹੁਣ ਫਿਰ ਨਾ ਅੱਧੋ ਅੱਧ ਪਹਿਲੇ ਨੂੰ ਸਰਦੀ ਘੱਟ ਹੈਗੀ ਕਿਉਂਕਿ ਦੁੰਦ ਵਗੈਰਾ ਜਿਹੜੀ ਡਿੱਗੀ ਹੈਗੀ ਅਤੇ ਹਵਾ ਵੀ ਪਹਿਲੇ ਨਾ ਉਹ ਕਾਫੀ ਹੱਦ ਤੱਕ ਘੱਟ ਚੱਲੀ ਹੋਈ ਆ ਆਰਾਮ ਨਾਲ ਜਾ ਰਿਹਾ ਹੈਗਾ ਹੁਣ ਕਿਉਂਕਿ ਇੱਕ ਦੁੱਧ ਬਹਿ ਕੇ ਅੱਗ ਵੀ ਮੈਂ ਸੇਕਦਾ ਰਿਹਾ ਹੈਗਾ ਕਾਫੀ ਟਾਈਮ ਉਸ
वापस पिंड जी मैं आ गया बाकी हम घर चलने आ गए, मम्मी जान को पूछ लेने शहर दाने देने शहर दे आना नहीं तो फिर इतने पिंड वाली चक्की दे सकते बस। घर जी मैं आ गया सो गया इतने आया ही आ गया, पेट्रोल खत्म हो गया फिर जाके पेट्रोल मोटरसाइकिल पवाया आ गया। तो उधरों मम्मी जान कह रही ने कि जासन जाके ना शहरों ही दाने पिसवा लिया। उधरों मैनू भी याद आ गया कि तुहानू पहले दस रहे घर चल के तुहानू दसना मैं होर की काम करन जाना। चाचू याद और जी किचन की छत है ना उनके टीयर तो गाडर लवन जाना, चार टीयर लेने नेगे तो दो गाडर, बाकी चाचू याद और है नवे ले आए थे पहले आले वेच के तो वो लवन जाना है, वह भी अम्मी जान नाल जाना पैना है। हूँ तो माशाल्लाह देख लो अम्मी जान मौसम भी वैसे ना थोड़ा जहा साफ हो गया, इतनी ज़्यादा सर्दी नहीं हैगी, चलो चले जावे। मुश्किल तो बननी है कि अम्मी जान दर्द भी बहुत ज़्यादा होनी लेकिन फिर जाना भी समझ लाजमी हैगा, जाके चाचू जान और टीयर गाडर में दादा जान को पूछा मैं अगर वो वेले हुए ना तो उन्होंने चले जावे, वही मसरूफ से चाचू जान खुद ही मसरूफ आएंगे, फिर मैं क्या चलो अम्मी जान नाल लै जावगा, अगर अबू जान लै जावा पिछले दुकान ही नहीं संभाली जानी उस तो हट के, फिर मोटरसाइकिल का नंबर भी नहीं है, यह भी इशू बनना है, अगर दादा जान चले जाते तो उन्होंने मोटरसाइकिल तो असं चला जाना सगा, लेकिन चलो कोई बात नहीं पहले जाना गया शहर, पैसे भी उतों निकलवा लेने ने गए तो जरा दाने ने गए इन्हों का आटा भी पिसवा के मैं लैवगा हर हालत इदू हाँ अगर पिसवावगा तो उस तू बाद इतने दोपहर दोटियां पकनिया ने इन्ना इस आटे चु तो चलना आ गया हूँ फिर चल के ना अबू जान को मोबाइल फोन उन्हें लै लेना आ गया उन्हें एप्लीकेशन हैगी उन्हें जो तो ना पैसे निकलवा लवेंगे तो दाने जाके पिसवा आने अबू जान का फोन भी लै लिया है अंकल आए खड़े ने गए रसा वाले ना को रस लवन लग गया चलो दुकान पर रख के बेच लवेंगे तो बाकी जरा ना सुबह के नाश्ते वास्ते भी जाके सानू उधरों लियाने पैंदे ने घर ही पै आवे चलना आ गया हूँ फिर शहर इतों गुजर रहा है भाई आता जो टक्कर गया मैं चलो इन नाले नहीं चलने आसानी हो जाए चलो पिछले दाने फड़ के बह जावे चलना वास्ता ही करते जावे सारे रस्ते तो चलने शहर शॉर्टकट रस्ते बाकी अंकल चक्की वाले इतने ना वजन करा लिया 27 किलो दाने हुए ने मैं 30 किलो तो करके लाया क्योंकि ना तुम दस्या बाल्टियां ना बिन के पाया चलो हले जानू दस देवे कि तकरीबन ना 27 किलो बने आने तो हूने यार करके रखी मैं 2 मिनटा की आ रहा फिर ना पैसे वापसी तो फिर आटा ले जावे मेडिसन आ स्टोर है ना ये पैसे ही काट देंगे बाकी पैसे जी इतों निकलवा लेने के तो हम वापसी तो जाते आटा भी ले चलने चलने फिर घर इतों आके ना आटा ले लिया है पीसिया पे आ गया तो चलने हम फिर घर बाकी तो वापस पिंड जी असं आ गए आ गए तो नवे साल पहली बारी इतनी ज्यादा ना समझ लो दो पैसे साढ़े को निकली हैगी समझ लो हम सूरज जरा ठीक तरह निकलू है लगता है बदल जे तो काफ़ी बने लेकिन सूरज निकलने की बड़ी कोशिश कर रहा है नवे साल के पहली बारी बल्कि महीने के पहली बारी ना अज धुप निकली ठीक तरह तो घर वापस जी मैं आ गया सो गया आंदे वालों पहले आयशा ने ना बोरी खोली हैगी आटा काट के ना गुन्न लग गई हैगी कि पहले ना आटा गुन के रोटियां जो पकावन लगे बाकी अम्मी जान आप हम चलीए क्योंकि अगर काफ़ी लेट हो गई वैसे हम माशाल्लाह मौसम जहाँ थोड़ा ना वैसे जिमें अगर ठंडी हवा ज़्यादा लगती सी ना सर्दी लगती है हूँ थोड़ी बहुत ही गरमैश हो गई सूरज माशाला ना हाली तक भी कुछ ना कुछ निकले हुआ है अम्मी जान बदल जे ने गए तो अगे हूँ साफ साफ अखीर ने गए अम्मी जान माशाला साफ हो गए ना सैड तो बदल नीले 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 हो गए ने गए तो वह बस अगे टोटा जाएगा इनू चला जाना हवा चली हुई है नहीं अगे अम्मी जान बदल काले काले जे सी तो इधरों बैक साइड तो देखो ना आ नीले नीले बदल ने गए हम सारे काले बदल लंजू चले जावे फिर नीले बदल आ गए तो सूरज जो ठीक तरह नजर आ गया सूरज उत्ते ही बदल आ रहे थे काले काले बस ना बहुत ही ना मैं तो खुशी हो रही हैगी पहले दिन हैगा नवे साल तक जिन ना सूरज ठीक तरह निकलिया तो वह भी आ थोड़ा कवर हो गया बाकी माशाला मौसम जो साफ होने लगे बारिश वगैरह भी नहीं होना आती हूँ तो लगता रोटियां बह जाइए ना ते काफी लेट हो जानी है तकरीबन अम्मी जान टाइम की होया ना 2:30 बज गए 3 बजे नाले ने अन करीब भी
ਤੇ ਉਧਰੋਂ ਫਿਰ ਹੋ ਕੇ ਆਉਣਾ ਵਾਪਸੀ ਤੇ ਅਗਰ ਰਾਤ ਹੋ ਗਈ ਠੰਡ ਫਿਰ ਰਾਤ ਨੂੰ ਲੱਗਣੀ ਆ ਜੀ ਤੇ ਪਹਿਲੇ ਪਹਿਲੇ ਆਪਾਂ ਹੋ ਕੇ ਆ ਜੀ ਆ ਜਾਓ ਉਠਾਉਣਾ ਤੁਹਾਨੂੰ ਕੇ ਤੇ ਮੋਟਰਸਾਈਕਲ ਅੰਦਰ ਹੀ ਲੈ ਆ ਗਿਆ ਕੋਈ ਕੰਮ ਜਾਂ ਹੁਣ ਬਾਹਰ ਚੱਲ ਕੇ ਜਾਵਾਂ ਨੇ ਕਾਫੀ ਲੱਤ ਦਰਦ ਹੋਣੀ ਸੀ ਮੈਂ ਕਿ ਚਲੋ ਉਠਾ ਲੈਣੇ ਤੇ ਬਾਕੀ ਚੱਲਨੇ ਆ ਗਏ ਬੱਚਿਆਂ ਨੂੰ ਸਕੂਲੋਂ ਛੁੱਟੀ ਹੋ ਗਈ ਹੈਗੀ ਤੇ ਬਾਹਰ ਜਿਹੜੇ ਨਾ ਖੇਲਦੇ ਫਿਰਦੇ ਨੇ ਮਾਸ਼ਾ ਅੱਲਾ ਦੇਖੋ ਨਾ ਮੌਸਮ ਕਾਫੀ ਸਾਫ ਹੋ ਰਿਹਾ ਹੈਗਾ ਬਾਕੀ ਗਲੀ 'ਚ ਇਸ ਸਾਈਡ 'ਤੇ ਦੇਖੋ ਧੁੱਪ ਨਹੀਂ ਆਏਗੀ ਅਤੇ ਇਸ ਸਾਈਡ 'ਤੇ ਕਿਤਨੀ ਜ਼ਿਆਦਾ ਧੁੱਪ ਨਿਕਲੀ ਹੋਈ ਅਬੂ ਜਾਨ ਬੱਦਲ ਜਿਹੜੇ ਨਾ ਕਦੀ ਗੁਆਏ ਨਾ ਸੂਰਜ ਦੇ ਕਦੀ ਹਟ ਜਾਂਦੇ ਨੇਗੇ ਹੁਣ ਇਸ ਸਾਈਡ 'ਤੇ ਧੁੱਪ ਕੋਈ ਨਹੀਂ ਇਸ ਸਾਈਡ 'ਤੇ ਜ਼ਿਆਦਾ ਹੈਗੀ ਅੱਗੇ ਗਲੀ 'ਤੇ ਰੰਗ ਬਿਰੰਗਾ ਜਿਹਾ ਮੌਸਮ ਬਣਿਆ ਖੜਾ ਹੈਗਾ ਚੱਲਦੇ ਹਾਂ ਬਿਸਮਿਲ੍ਲਾਹਿ ਰਹਿਮਾਨ ਰਹੀਮ ਮਾਸ਼ਾਅੱਲਾ ਜੀ ਦਰਿਆ ਰਾਵੀ ਦੀ ਹਰਿਆਲੀ ਚੈੱਕ ਕਰੋ ਕਿਤਨੀ ਪਿਆਰੀ ਹੈਗੀ ਸਾਰੀਆਂ ਫਸਲਾਂ ਕਿਤਨੀਆਂ ਖੂਬਸੂਰਤ ਲੱਗ ਰਹੀਆਂ ਨੇਗੀਆਂ ਅਤੇ ਅੱਗੇ ਦਰਿਆ 'ਚ ਪਾਣੀ ਆਇਆ ਹੋਇਆ ਚੱਲ ਅੱਗੇ ਤਾਂ ਦਿਖਾਉਂਦੇ ਆ ਕੇ ਧੁੱਪ ਦਾ ਬੜਾ ਹੀ ਕਿੰਨਾ ਨਾਜ ਮਜ਼ਾ ਆ ਰਿਹਾ ਹੈਗਾ ਇਤਨੇ ਦਿਨੋਂ ਬਾਅਦ ਧੁੱਪ ਨਿਕਲੀ ਹੈਗੀ ਅਤੇ ਹੁਣ ਸਰਦੀ ਨਹੀਂ ਲੱਗ ਰਹੀ ਹੈ ਸਕੂਲ ਨਾਲ ਜਾ ਰਿਹਾਗੇ ਅਤੇ ਇਸ ਸਾਈਡ 'ਤੇ ਮੈਂ ਨਜ਼ਰ ਆਇਆ ਸਾਹਮਣੇ ਪੀਟਰ ਚੱਲਿਆ ਹੋਇਆ ਟਰੈਕਟਰ ਨਾਲ ਚੱਲਿਆ ਖੜਾ ਹੈਗਾ ਉਹ ਦੇਖੋ ਵੀ ਰਾਡ ਘੁੰਮ ਰਿਹਾ ਨਾ ਉਹਦੇ ਨਾਲ ਸਾਰਾ ਚੱਲ ਰਿਹਾ ਹੈਗਾ ਪਰਲਾ ਟਿਊਬਵੈੱਲ ਬਾਕੀ ਇਸ ਨਾ ਪੁਲ ਦੀ ਥਰਡੀ ਸਾਈਡ ਤੋਂ ਗੁਜ਼ਰ ਕੇ ਦੂਸਰੀ ਸਾਈਡ ਤੇ ਜਾਣਾ ਹੈਗਾ ਤੇ ਉੱਥੇ ਦੁਕਾਨ ਹੈਗੀ ਜਿਹਨਾਂ ਪਹਿਲੇ ਗਾਡਰ ਲੈ ਗਏ ਸੀਗੇ ਉਹਨਾਂ ਕੋਲ ਜਾ ਕੇ ਟੀਅਰ ਗਾਡਰ ਲੈਣੇ ਨੇਗੇ ਬਾਕੀ ਇਹ ਸਾਰੀ ਇੱਥੇ ਨਾ ਲੋਹੇ ਦੀ ਮਾਰਕੀਟ ਹੈ ਲੋਹੇ ਦੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ ਸਾਹਮਣੇ ਰੇਲ ਗਾਡੀ ਆਉਣ ਵਾਲੀ ਹੈਗੀ ਰਸਤਾ ਹੀ ਬੰਦ ਹੈ ਚਲੋ ਕੋਈ ਨਾ ਵੇਟ ਕਰ ਲੈਂਦੇ ਹਾਂ ਅੰਕਲ ਔਰ ਆ ਗਏ ਹਾਂ ਅਸਲ 'ਤੇ ਜਿਹੜਾ ਪਹਿਲੇ ਸੀ ਘਰ ਬਣਾਇਆ ਸੀ ਇਹਨਾਂ ਅੰਕਲ ਔਰ ਕੋਈ ਨਾ ਛੱਤ ਦਾ ਸਮਾਨ ਲੈ ਗਏ ਸੀਗੇ ਅਤੇ ਇਹਨਾਂ ਨੂੰ ਕਿਹਾ ਹੈਗਾ ਤੁਸੀਂ ਦੱਸ ਦਿਓ ਨਾ ਸਾਨੂੰ ਗਾਡਰ ਵਗੈਰਾ ਦੀ ਜਿਹੜੀ ਪ੍ਰਾਈਸ ਹੈਗੀ ਕਿਉਂਕਿ ਅੰਦਰ ਪਏ ਨੇ ਅੰਮੀ ਜਾਨ ਖੜੀਆਂ ਨਹੀਂ ਮੈਂ ਵੀ ਅੱਗੇ ਦੇਖ ਕੇ ਆ ਗਿਆ ਅਤੇ ਅਸੀਂ ਜਿਹੜੇ ਉਹ ਪਿੱਛੇ ਅੰਕਲ ਨੇ ਜਿਹਨਾਂ ਕੋਲ ਪਿਛਲੀ ਵਾਰੀ ਅਸੀਂ ਲੈ ਕੇ ਗਏ ਸੀ ਵੱਡੇ ਦੋ ਗਾਡਰ ਉਹ ਗਰਾਜ ਵਾਸਤੇ ਉਹ ਤਕਰੀਬਨ ਸਾਨੂੰ ਉਹਨਾਂ ਨੇ ਕਿਹਾ ਹੈਗਾ ਜੀ 21,000 ਅਤੇ 20,500 ਰੁਪਏ ਦੇ ਉਹਨਾਂ ਨੇ ਕਿਹਾ ਸੀਗਾ ਸਮਾਨ ਬਣੇਗਾ ਚਾਰ ਕੜੀਆਂ ਅਤੇ ਨਾਲ ਇਸ ਤਰ੍ਹਾਂ ਦੇ ਗਾਡਰ ਇਸ ਤਰ੍ਹਾਂ ਦੇ ਹਾਂ ਅਤੇ ਇਹਨਾਂ ਅੰਕਲ ਔਰ ਬਣਵਾ ਲੈਣੇ ਇਹਨਾਂ ਸੇਮ ਚੀਜ਼ਾਂ ਦਾ ਬਿੱਲ ਕਿਤਨੇ ਦੀ ਕਹਿੰਦੇ ਨੇਗੇ ਅਤੇ ਫਿਰ ਦੇਖਣੇ ਆਗੇ ਅਗਰ ਇਹਨਾਂ ਨੇ ਸਸਤੀਆਂ ਦੱਸੀਆਂ ਅਤੇ 20,500 ਰੁਪਇਆ ਹੈਗਾ ਮੇਰੇ ਕੋਲ ਚਲੋ ਉਹ ਤੋਂ 500-600 ਰੁਪਏ ਹੋਰ ਕੋਲ ਪੈ ਗਿਆ ਮੇਰਾ ਦਿਲ ਹੈਗਾ ਅੰਮੀ ਜਾਨ ਇਸ ਤਰ੍ਹਾਂ ਦੇ ਗਾਡਰ ਜਿਹੜੇ ਨਾ ਠੀਕ ਰਹਿੰਦੇ ਸੀ ਇਸ ਤਰ੍ਹਾਂ ਦੇ ਲੈ ਲੈਂਦੇ ਆਗੇ ਵੇਖ ਕੇ ਅੱਛੇ ਨੇ ਨਾ ਉਹਨਾਂ ਨਾਲੋਂ ਹਾਂ ਦੇਖ ਕੇ ਕਿਰਦੀ ਹਾਂ ਇਹ ਜਿਹੜੇ ਨਾ ਵਜ਼ਨੀ ਨੇਗੇ ਅਤੇ ਇਹ ਦੇਖੋ ਨਾ ਇਹ ਲੋ ਜੀ ਕੁਆਲਿਟੀ ਅਤੇ ਫਰਕ ਵੀ ਇਹਨਾਂ ਜਿਤਨਾ ਨਹੀਂ ਹੁੰਦਾ ਗਾਡਰਾਂ ਦਾ ਬੜਾ ਫਰਕ ਹੁੰਦਾ ਉਹ ਜਿਹੜੇ ਅਸੀਂ ਲਏ ਸੀ ਨਾ ਵੱਡੇ ਗਾਡਰ ਉਹ ਅਤੇ ਜਿਹੜੇ ਇਹ ਵਾਲੇ ਗਾਡਰ ਨੇ ਥੋੜ੍ਹੀ ਜਿਹੀ ਪ੍ਰਾਈਜ਼ ਡਿਫਰੈਂਟ ਸੀਗਾ ਜੇ ਇਸ ਤਰ੍ਹਾਂ ਦੇ ਨੇ ਨਾ ਜਾਂ ਉਹਨਾਂ 'ਚ ਥੋੜ੍ਹਾ ਜਿਹਾ ਸੀਗਾ ਡਿਫਰੈਂਟ ਅਤੇ ਉਹਨਾਂ ਕੋਲ ਅੰਕਲ ਔਰ ਬਣਵਾ ਲੈ ਬਿੱਲ ਉਹਨਾਂ ਨੂੰ ਮੈਂ ਦੱਸਿਆ ਹੈਗਾ ਇਸ ਤਰ੍ਹਾਂ ਦਾ ਗਾਡਰ ਸੀਗਾ ਅਤੇ ਕੜੀਆਂ ਦਾ
ਬਾਕੀ ਅੰਕਲ ਹੋਰਾਂ ਨੇ ਫਾਈਨਲ ਮੁਕਾ ਲਿਆ ਹੈਗਾ ਇਹਨਾਂ ਦੀ ਚੀਜ਼ਾਂ ਦੀ ਪ੍ਰਾਈਸ ਦਾ। ਇਹ ਜੀ ਜਿਹੜੇ ਵੱਡੇ ਨੇ ਨਾ ਗਾਡਰ, ਇਹ ਵਾਲੇ ਇਹ ਸਾਹਮਣੇ ਪਏ ਨੇ, ਇਹ ਅਤੇ ਨਾਲ ਚਾਰ ਕੜੀਆਂ ਉੱਥੇ ਪਈਆਂ ਚੱਲ ਕੇ ਤੁਹਾਨੂੰ ਕੜੀਆਂ ਹੀ ਦਿਖਾਉਂਦਾ ਹੈਗਾ। ਸੇਮ ਉਸੇ ਤਰ੍ਹਾਂ ਦੀ ਚਾਚੂ ਜਹਾਜ਼ ਹੋਰੀ ਵੀ ਲੈ ਆਏ ਨੇਗੇ ਆਪਣੀ ਇਹ ਨਵੀਆਂ ਕੜੀਆਂ ਲੈ ਆਏ ਨੇ ਅਤੇ ਉਹ ਰਲਾ ਕੇ ਜੀ ਬਣ ਗਿਆ ਹੈਗਾ 21,000 ਰੁਪਿਆ। 20,500 ਰੁਪਏ ਦਾ ਉਹ ਕਹਿ ਰਹੇ ਸੀ ਨਾ, ਅਤੇ ਇਹ 21,000 ਰੁਪਏ ਦਾ ਵੱਡਾ ਗਾਡਰ ਕਹਿ ਰਹੇ ਨੇ। ਆਪਾਂ ਬਾਈ ਜੀ ਲੈ ਲੈਂਦੇ ਹਾਂ ਗਏ ਹੀ ਨਾ ਅਤੇ ਕੱਟਣ ਲੱਗੇ ਨੇਗੇ ਕੜੀਆਂ, ਤੁਹਾਨੂੰ ਕੜੀਆਂ ਹੀ ਦਿਖਾਉਂਦਾ ਹਾਂ ਕਿਸ ਤਰ੍ਹਾਂ ਦੀਆਂ ਨੇ। ਅਤੇ ਬੜੀ ਕਿਨਾਂ ਰਹਿਤੋ ਰਹਿ ਚੀਜ਼ ਮਿਲ ਗਈ ਹੈਗੀ 21,000 ਰੁਪਏ ਦੇ। ਬਾਕੀ 500 ਰੁਪਇਆ ਬਕਾਇਆ ਹੈਗਾ ਉਹਨਾਂ ਨੂੰ ਦੇ ਦੇਵਾਂਗੇ ਰਿਕਸ਼ੇ ਵਾਲੇ ਨੂੰ ਉੱਥੋਂ ਕਰੋਗੇ। ਬਾਕੀ ਗਾਡਰ ਜੇ ਲੋਡ ਕਰਾਵਣ ਲੱਗੇ ਹਾਂਗੇ, ਇੱਕ ਕਹਿੰਦੇ ਤਾਂ ਮਾਰਕ ਹੋਇਆ ਪਿਆ ਹੈਗਾ ਅਤੇ ਇੱਕ ਉਹ ਲੈ ਜਾ ਰਹੇ ਨੇਗੇ। ਅਤੇ ਕੜੀਆਂ ਜਿਹੜੀਆਂ ਨੇਗੀਆਂ ਇਹਦੇ ਟੋਟੇ ਕਰਨ ਲੱਗੇ ਨੇਗੇ। ਇਸ ਤਰ੍ਹਾਂ ਦੀ ਇਹ ਕੜੀ ਹੈਗੀ ਅਤੇ ਰਿਕਸ਼ਾ ਵਾਲੇ ਅੰਕਲ ਨੇ ਕਿਰਾਇਆ ਮੁਕਾ ਲਿਆ ਹੈਗਾ ਤਕਰੀਬਨ, ਇਹ ਮੰਨੇ ਨੇ ਵੀ 2,300 ਰੁਪਏ ਦੇ ਵਿੱਚ, ਬੜੀ ਮੁਸ਼ਕਿਲ। ਬਾਕੀ ਟੀਅਰ ਕੱਟਰ ਜੇ ਲੋਡ ਕਰਾਤੇ ਰਿਕਸ਼ੇ 'ਤੇ ਅਤੇ ਹੁਣ ਫਿਰ ਜਾਵਣ ਲੱਗੇ ਹਾਂਗੇ, ਵੀ ਆ ਜਾਵਣਗੇ ਬਾਈ ਹੋਰਾਂ ਨੰਬਰ ਵਗੈਰਾ ਜੇ ਇਹਨਾਂ ਲੈ ਲੈ। ਠੀਕ ਹੈ ਚਾਚੂ ਈਸ਼, ਬਹੁਤ ਬਹੁਤ ਸ਼ੁਕਰੀਆ। ਬਾਕੀ ਇੱਥੇ ਨਾ ਵਾਪਸ ਜਾ ਰਹੇ ਸੀਗੇ ਅਤੇ ਮੈਨੂੰ ਨਜ਼ਰ ਆਈ ਹੈਗੀ ਅੰਕਲ ਹੋਰੀ ਨਾਲ ਹਲਦੀ ਲੈ ਕੇ ਖੜ੍ਹੇ ਸੀਗੇ ਅਤੇ ਮੈਂ ਕਿਹਾ ਅੰਮੀ ਜਾਣ ਵਾਸਤੇ ਲੈ ਲੈਂਦੇ ਹਾਂ। ਸਾਲਾਂ ਦੇ ਵੀ ਵੈਸੇ ਹੀ ਪਾਈਏ ਅਤੇ ਚੰਗੀ ਆਉਂਦੀ ਹੈਗੀ, ਅਤੇ ਅੰਮੀ ਜਾਣ ਦੀ ਥਾਇਰਾਇਡ ਹੈ ਨਾ ਉਹਦਾ VIP ਇਲਾਜ ਹੈਗਾ ਹਲਦੀ। ਇਹ ਅਗਰ ਸਾਲਾਂ ਨੇ ਪਾਉਂਦੇ ਰਹੋਣਾ ਤਾਂ ਥਾਇਰਾਇਡ ਜਿਹੜੀ ਹੈਗੀ ਹੈ ਤੰਗ ਨਹੀਂ ਕਰੇਗੀ, ਸਮਝ ਲਓ ਕਿ ਜ਼ਿਆਦਾ ਵੱਧਦੀ ਨਹੀਂ ਹੈ। ਮਿਹਰਬਾਨੀ। ਤਕਰੀਬਨ ਅੱਧਾ ਕਿਲੋ ਲਈ, 70 ਰੁਪਏ ਦੀ ਮਿਲੀ, ਵੈਸੇ 150 ਰੁਪਏ ਕਿਲੋ ਆਏਗੀ। ਜੇ ਦੂਸਰੀ ਹਲਦੀ ਲਵੀ ਉਹ ਜਿਹੜੀ ਪੈਕਟ ਵਾਲੀ ਹੁੰਦੀ ਸੁੱਕੀ, ਅਤੇ ਉਹ ਤਾਂ ਬੜੀ ਮਹਿੰਗੀ ਮਿਲਦੀ ਹੁੰਦੀ। ਬਾਕੀ ਰਿਕਸ਼ੇ ਵਾਲੇ ਸਾਡੇ ਨਾਲ ਨਾਲ ਹੀ ਜਾ ਰਹੇ ਨੇਗੇ, ਚੱਲਦੇ ਹਾਂ ਨਾ। ਬਾਕੀ ਇਸ ਜਗ੍ਹਾ ਦਿਨੇ ਪਿਆਰੇ ਪਿਆਰੇ ਦਰਖਤ ਹੁੰਦੇ ਸੀ, ਸਾਰੇ ਕੱਟੇ ਗਏ ਨੇਗੇ, ਬਿਲਕੁਲ ਵਿਹਲੀ ਵਿਹਲੀ ਜਗ੍ਹਾ ਹੋ ਗਈ ਹੈਗੀ। ਅਜੀਬ ਅਜੀਬ ਆ ਸ਼ਹਿਰ ਲੱਗ ਰਿਹਾ, ਤੋੜ ਤੱਕ ਜਿਹੜੇ ਦਰਖਤ ਸੀ ਨਾ ਕੱਟਦੇ ਹੋਣ, ਉਹਨਾਂ ਨਾਲ ਪਤਾ ਨਹੀਂ ਸੋਲੰਗ ਵਗੈਰਾ ਲਾਉਣ ਲੱਗੇ ਨੇ, ਕੀ ਵਜ੍ਹਾ ਹੈ ਜੀ, ਕੋ ਬਣਾਉਣ ਲੱਗੇ ਹੋਣੇ ਨੇ ਨਾਲ ਨਾ ਇੱਥੇ ਜਗ੍ਹਾ, ਸਮਝ ਲਓ ਸੋਲੰਗ ਵਗੈਰਾ ਜਿਸ ਤਰ੍ਹਾਂ ਸਾਈਡਾਂ ਤੋਂ ਲਾਉਂਦੇ ਹਾਂ ਉਸ ਤਰ੍ਹਾਂ ਹੀ, ਇਤਨੀ ਇਤਨੀ ਜਗ੍ਹਾ ਜਿਹੜੀ ਨਾ ਰੇਹੜੀਆਂ ਵਗੈਰਾ ਵਾਲਿਆਂ ਵਾਸਤੇ ਲਾਉਣ ਬਣਾਉਣ ਲੱਗੇ ਹੋਣੇ ਨੇ। ਮਾਸ਼ਾਅੱਲਾ ਜੀ ਸੂਰਜ ਗਰੂਪ ਹੋਣ ਲੱਗਿਆ, ਦੇਖੋ ਕਿਤਨਾ ਖੂਬਸੂਰਤ ਲੱਗ ਰਿਹਾ। ਤਕਰੀਬਨ ਮਹੀਨੇ ਬਾਅਦ ਅਸੀਂ ਦੇਖ ਰਹੇ ਹਾਂ ਕਿ ਸੂਰਜ ਗਰੂਪ ਹੋਣਾ, ਮਹੀਨਾ ਪੂਰੇ ਠੀਕ ਤਰ੍ਹਾਂ ਨਾਲ ਸੂਰਜ ਨਜ਼ਰ ਨਹੀਂ ਆਉਂਦਾ ਕਿੱਥੇ ਗਿਆ ਹੈਗਾ। ਅਤੇ ਚੱਲਦੇ ਹਾਂ ਗਏ, ਪਿੱਛੇ ਪਿੱਛੇ ਰਿਕਸ਼ੇ ਵਾਲੇ ਵੀ ਆ ਰਹੇ ਨੇਗੇ ਆਰਾਮ ਨਾਲ, ਸ਼ਾਮ ਤੱਕ ਘਰ ਤਾਂ ਪਹੁੰਚ ਜਾਵਾਂਗੇ ਨਾ ਸਕੂਲ ਨਾਲ। ਅਤੇ ਵਾਪਸ ਘਰ ਜੀ ਅਸੀਂ ਪਹੁੰਚੇ ਖੜ੍ਹੇ ਹਾਂਗੇ, ਸੂਰਜ ਬਿਲਕੁਲ ਗਰੂਪ ਹੋ ਗਿਆ ਹੋਇਆ ਹੈਗਾ ਅਤੇ ਰਾਤ ਵੀ ਹੋਣ ਵਾਲੀ ਹੈਗੀ। ਅਤੇ ਇੱਥੇ ਨਾ ਸਾਡੇ ਨਜ਼ਦੀਕ ਹੀ ਸਮਝ ਲਓ ਬਣੀਆਂ ਤਕਰੀਬਨ 2-2 ਕਿਲੋਮੀਟਰ ਨਾਲ ਸਫ਼ਰ ਹੈਗਾ, ਨਵਾਂ ਪੈਟਰੋਲ ਪੰਪ ਖੁੱਲ੍ਹਿਆ, ਲਗਜ਼ਰੀ ਕਿਸਮ ਦਾ ਨਾ VIP ਸਮਝ ਲਓ, ਅਤੇ ਨਾਲ ਮਾਲ ਵਗੈਰਾ ਵੀ ਹੈਗਾ, ਸ਼ੋਪਿੰਗ ਮਾਲ ਵਗੈਰਾ ਵੀ ਸਾਰਾ ਜਿਹੜਾ ਸਿਸਟਮ ਹੈਗਾ ਨਾ ਇੱਥੇ। ਵਾਲੇ ਜਿਹੜੇ ਨੇਗੇ ਉਹ ਵੀ ਪਿੱਛੇ ਆ ਰਹੇ ਨੇਗੇ ਸਾਡੇ, ਥੋੜ੍ਹਾ ਥੋੜ੍ਹੇ ਪਿੱਛੇ ਹੀ ਨੇਗੇ, ਫਿਰ ਮੈਂ ਜ਼ਿਆਦਾ ਤੇਜ਼ ਨਹੀਂ ਆਇਆ, ਮੱਠਾ ਮੱਠਾ ਆਇਆ ਵਾਪਸੀ। ਅਤੇ ਠੰਡ ਜਿਹੜੀ ਨਾ ਬਹੁਤ ਜ਼ਿਆਦਾ ਹੈਗੀ, ਮੈਂ ਕਿਹਾ ਆਰਾਮ ਆਰਾਮ ਨਾਲ ਚੱਲਦੇ ਹਾਂ ਕਿ ਥੋੜ੍ਹੀ ਆਰਾਮ ਆਰਾਮ ਨਹੀਂ ਆ ਰਹੇ। ਬਾਕੀ ਵਾਪਸ ਇੱਥੇ ਪਿੰਡ ਆ ਗਏ ਹਾਂਗੇ ਅਤੇ ਅੰਕਲ ਹੋਰੀ ਪਿੱਛੇ ਪਿੱਛੇ ਮੇਰੇ ਆ ਰਹੇ ਨੇਗੇ, ਸਾਹਮਣੇ ਹੈਗਾ ਚਾਚੂ ਜਹਾਜ਼ ਹੋਰਾਂ ਦਾ ਘਰ, ਅਤੇ ਚੱਲਦੇ ਹਾਂਗੇ ਚਾਚੂ ਜਹਾਜ਼ ਹੋਰਾਂ ਦੇ ਘਰ ਹੀ ਲੈ ਰਹੇ ਸੀਗੇ ਕੜੀਆਂ ਘੱਟ, ਠੰਡ ਬਹੁਤ ਜ਼ਿਆਦਾ ਹੋ ਗਈ ਹੈਗੀ। ਬਾਕੀ ਇੱਥੇ ਆ ਗਿਆ ਚਾਚੂ ਜਹਾਜ਼ ਹੋਰਾਂ ਵਾਲੇ, ਚਾਚੂ ਜਾਣੀ ਅੰਮੀ ਜਾਨ ਨੂੰ ਪਰਾ ਛੱਡਣ ਚਲੇ ਜਾਣੇ, ਅੰਮੀ ਜਾਨ ਕੋਈ ਚੱਲਿਆ ਨਹੀਂ ਜਾ ਰਿਹਾ ਠੀਕ ਤਰ੍ਹਾਂ, ਇਤਨੀ ਜ਼ਿਆਦਾ ਠੰਡ ਆਈ ਗਈ ਵਾਪਸੀ 'ਤੇ ਨਾ, ਅਤੇ ਉਹ ਵੀ ਅੰਕਲ ਹੋਰੀ ਬਾਹਰ ਆ ਕੇ ਨਿਕਲਵਾਉਂਦੇ ਹਾਂ ਕੜੀਆਂ ਗਾਡਰ ਚੜ੍ਹਾ ਅੰਦਰ। ਚਾਚੂ ਜੀ ਜਿਹੜੀਆਂ ਕੜੀਆਂ ਸੀ ਨਾ, ਕੜੀਆਂ ਤਾਂ ਇਹ ਹੀ ਫਿਰ ਪ੍ਰਾਈਸ ਦਾ ਪਤਾ ਕੀਤਾ ਸੀ ਮੈਂ, ਅਤੇ ਗਾਡਰ ਜਿਹੜੇ ਨੇ ਉਹ ਛੋਟੇ ਬਿਲਕੁਲ ਮੈਂ ਪਤਾ ਕਰ ਰਿਹਾ ਸੀ, ਫਿਰ ਮੈਂ ਵੱਡੇ ਲੈਣੇ ਇਹ ਨਾ। ਚਾਚੂ ਜੀ ਅਸਲ 'ਤੇ ਗੱਲ ਲੈਣੀ ਸੀ, ਉਹ ਜਿਹੜੇ ਉਹ ਨੇ ਤੇ ਬਹੁਤ ਪਿਆਰਾ ਤੇ ਜਿਹੜੀ ਤੂੰ ਖੇਚਲ ਇੰਨੀ ਕੀਤੀ ਨੇ, ਯਕੀਨ ਮੰਨ ਜੋ ਸਮਾਨ ਨਾਲ ਹੀ ਡਬਲ ਜੇਣਾ ਪਿਆਰਾ ਹੀ ਤੂੰ ਕੀਤੀ ਹੈ ਕੀ ਕਹਦੇ। ਨਹੀਂ ਆ ਜੇ ਗਾਡਰ ਨੇ ਨਾ ਇਹ ਇੰਨੇ ਇੰਨੇ ਸੀਗੇ, ਛੋਟੀਆਂ ਗਾਡਰੀਆਂ ਆਪਾਂ ਸਦਨੇ ਆ, ਉਹਨਾਂ ਦੇ ਪ੍ਰਾਈਸ ਦਾ ਪਤਾ ਕਰ ਰਿਹਾ ਸੀ ਤੇ ਉਸੇ ਪ੍ਰਾਈਸ ਦੇ ਵਿੱਚ ਥੋੜਾ ਜਿਹਾ 500 ਵਾਧ ਪਿਆ ਇਹ ਮਿਲ ਗਿਆ। ਚਲੋ ਬਸ ਇੱਕ ਹੋਰ ਦੁਕਾਨ ਤੋਂ ਪਤਾ ਕੀਤਾ ਮੈਂ ਕਿ ਚਲੋ ਠੀਕ ਹੈ ਇਹ ਲੈ ਆਏ ਲਵਾਨੇ ਅੰਦਰ ਉਹਨਾਂ। ਬਾਕੀ ਅੰਕਲ ਹੋਰਾਂ ਨੇ ਕਿਰਾਇਆ ਦੇ ਦਿੱਤਾ ਹੈਗਾ ਤੇ ਕੜੀਆਂ ਗਾਡਰ ਜਿਹੜੇ ਇੱਥੇ ਲਵਾ ਲੈਣਗੇ, ਤੇ ਸਰਦੀ ਬਹੁਤ ਜ਼ਿਆਦਾ ਹੈਗੀ ਬਾਹਰ, ਅੰਕਲ ਸਫਦਰ ਨੇ ਅੱਗ ਬਾਲੀ ਹੋਈ ਉੱਥੇ ਬਹਿ ਕੇ ਅੱਗ ਹੀ ਸੇਕ ਰਹੇ ਨੇ, ਮੈਂ ਤੇ ਅੰਦਰ ਬਹਿ ਕੇ ਅੱਗ ਸੇਕਣਾ ਆ ਗਿਆ ਚਾਚੂ ਜਹਾਜ਼ ਹੋਰਾਂ ਕੋਲ।
ਬਾਕੀ ਚਾਚੂ ਇਜਾਜ਼ ਹੋਰਾਂ ਨੇ ਇੱਥੇ ਆਏ ਸੀਗੇ ਤੇ ਕਾਫੀ ਟਾਈਮ ਬੈਠੇ ਰਹੇ ਉਸ ਤੋਂ ਬਾਅਦ ਚਾਚੂ ਇਜਾਜ਼ ਹੋਰਾਂ ਨੇ ਕੋਈ ਗਿਫਟ ਵਗੈਰਾ ਆਏ ਸੀ ਉਹ ਦੇਖਣ ਲੱਗ ਗਏ ਆਂਗੇ ਤੇ ਕਾਫੀ ਟਾਈਮ ਇੱਥੇ ਹੋ ਗਿਆ ਮੇਰੇ ਵੀ ਕੁਝ ਗਿਫਟ ਆਏ ਨੇ ਲੇਕਿਨ ਉਹ ਸਵੇਰ ਇਨਸ਼ਾਅੱਲਾ ਤਾਲਾ ਮੈਂ ਘਰ ਅਨਬਾਕਸ ਕਰਾਂਗਾ ਵੈਸੇ ਤਾਂ ਵੇਖੇ ਤਾਂ ਨਹੀਂਗੇ ਮੈਂ ਗਿਆ ਨਾ ਉਦੋਂ ਫੋਨ ਚਾਰਜਿੰਗ ਕਰਨ ਦਾ ਚਾਰਜਰ ਚੱਕ ਲਿਆ ਸੀ ਮੈਂ ਦੇਖ ਆਇਆ ਮੈਨੂੰ ਕਿਉਂਕਿ ਯੂਨੋ ਬਹੁਤ ਜ਼ਿਆਦਾ ਐਕਸਾਈਟਡ ਸੀਗਾ ਲੇਕਿਨ ਇਨਸ਼ਾਅੱਲਾ ਤਾਲਾ ਸਵੇਰ ਮੈਂ ਅਨਬਾਕਸ ਕਰਾਂਗਾ ਸਵੇਰ ਦੀ ਵੀਡੀਓ ਦਿਖਾਵਾਂਗੇ ਹੁਣ ਅਸੀਂ ਘਰ ਚੱਲਨੇ ਆਂਗੇ ਕਿਉਂਕਿ ਹਾਲੇ ਤੱਕ ਜਾ ਕੇ ਹੁਣ ਵੀਡੀਓ ਅਪਲੋਡ ਕਰਨੀ ਠੀਕ ਹੈ ਚਾਚੂ ਜੀ ਸਾਨੂੰ ਜਿਹੜਾ ਨਾਮ ਅਸੀਂ ਦਿਖਾ ਰਹੇ ਸੀ ਇਹਨਾਂ ਲੇਟੈਸਟ ਕਰਕੇ ਹੋ ਗਈ ਕਿਉਂਕਿ ਗਿਫਟ ਜਿਹੜਾ ਨਾ ਅੱਜ ਆਇਆ ਹਣਾ ਉਹ ਵਾਲੇ ਜਿਹੜਾ ਦਿਖਾ ਰਹੇ ਸੀ ਹਾਂ ਔਰ ਮਾਸ਼ਾਅੱਲਾ ਔਰ ਇੱਕ ਬੋਰਾ ਸਰਪ੍ਰਾਈਜ਼ ਆ ਹਸਨ ਹੋਰਾਂ ਵਾਸਤੇ ਸਰਪ੍ਰਾਈਜ਼ ਆ ਸਾਰਿਆਂ ਵਾਸਤੇ ਸਭ ਸਾਡੇ ਵਾਸਤੇ ਸਰਪ੍ਰਾਈਜ਼ ਆ ਕੋਈ ਬੋਲੇ ਸੀ ਜਿਹੜਾ ਇੱਕੋ ਹੀ ਤੁਹਾਨੂੰ ਦਿਖਾਇਆ ਜੀ ਜੀ ਸੁਬਾ ਜਿਹੜਾ ਸਮੋ ਖੋਲਣਾ ਹਾਂ ਇਨਸ਼ਾਅੱਲਾ ਬਾਕੀ ਘਰ ਜੀ ਅਸੀਂ ਆ ਗਏ ਆਂਗੇ ਤੇ ਮੈਂ ਗਿਫਟ ਜਿਹੜੇ ਨੇ ਆਪਣੇ ਇਨਸ਼ਾਅੱਲਾ ਤਾਲਾ ਸਵੇਰ ਅਨਬਾਕਸ ਕਰਾਂਗਾ ਸਵੇਰ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਇਹ ਵਾਲੀ ਜਿਹੜੀ ਵੀਡੀਓ ਟੈਮੋ ਟਾਈਮ ਅਪਲੋਡ ਕਰਨੀ ਵਾਲਾ ਜੇ ਆਪਣਾ ਵਲੌਗ ਫਿਰ ਹੁੰਦਾ ਤੇ ਖਤਮ ਤੁਹਾਨੂੰ ਅੱਛਾ ਲੱਗੇ ਆਪਣੇ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰ ਲੈਣਾ ਕਿ ਦੋਸਤਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਵੀ ਕਰ ਲੈਣਾ ਓਕੇ ਥੈਂਕਸ ਫਾਰ ਵਾਚਿੰਗ ਅੱਲਾਹ ਹਾਫਿਜ਼।